ਬਾਬੇ ਨਾਨਕ ਨੇ ਕਿਹਾ ਸੋ ਕੇ ਬੰਦਾ ਕਿ ਜਿੱਥੇ ਜੇ ਮੈਂ ਰਾਜਾ ਨਾ ਨਾਨਕ ਸਤਿਗੁਰ ਕਹਿੰਦੇ ਮਿਲਾਇਆ ਜਿੰਨਾ ਧੋਏ ਪਿਆ ਸੰਜੋਗ। ਮੈਂ ਕਿਹਾ ਜੇ ਤੂੰ ਕਹਾਂ ਉਹਦਾ ਹਿਸਾਬ ਲਾ ਲਈ। ਮੈਂ ਕਿਹਾ ਅੱਜ ਕੱਲ੍ਹ ਹਰ ਕੋਈ ਬੰਦਾ ਆਪਣੇ ਘਰਾਂ ਵਾਲੇ ਦੀ ਰਾਇ ਲੈ ਕਹਿੰਦਾ ਫੇਰ ਕੰਮ ਕਰਦਾ, ਸਾਡੀ ਤਾਂ ਭਾਵਾਂ ਗਿੱਪਿਆ ਜਾ, ਸਾਡੀ ਭਾਵਾਂ ਗੁੱਤ ਜਾ, ਸਾਡੀ ਸਾਡੇ ਕੋਲੇ ਤਾਂ ਹੈਗੀ ਆ। ਵੇ ਕਾਬਲਿਓ ਵੇ ਕਾਬਲਿਓ ਤੁਸੀਂ ਕੀ ਬੋਲਣ ਨੂੰ ਮਰਦੇ ਹੋ, ਸੋਟੀ ਤਾਂ ਸਾਡੇ ਹੱਥ ਦੇ ਵਿੱਚ ਹੈ। ਤਾਰੀ ਪਾਰੀ ਭੈਣੋ ਆ ਗਈ, ਭੈਣਾਂ ਨੂੰ ਸਮਝ ਸਾਡੇ ਭੈਣ ਜੀ ਕੀ ਨਾਮ ਭੈਣ ਜੀ? ਹਾਂ ਵੈਰੀ ਗੁੱਡ। ਸਾਡੇ ਮਹਿਤਾਬ ਦੇ ਨਾਨੀ ਜੀ ਸਾਡੇ ਭੈਣ ਜੀ ਸੁਖਵਿੰਦਰ ਕੌਰ ਉਹਨਾਂ ਵੱਲੋਂ 1100 ਰੁਪਏ ਸਨਮਾਨ ਭੇਜੇ ਗਏ ਨਾਨਕੇ ਦਰਬਾਰ ਦੇ ਨਾਂ ਤੇ। ਤਾੜੀ ਹੋ ਜੀ ਜੀ ਵਾਸੀਆਂ ਵੱਲੋਂ, ਮਾਮਿਆਂ ਵੱਲੋਂ ਸਪੈਸ਼ਲ ਸਪੈਸ਼ਲ ਸਨਮਾਨ, ਕਿਉਂ ਜਿਹੜਾ ਖੁਸ਼ੀਆਂ ਦੇ ਮੌਕੇ ਹੁੰਦੇ ਵਾਰ ਵਾਰ ਨਹੀਂ ਮਿਲਦੇ। ਤੇ ਭੂਆ ਜੀ ਵੱਲੇ ਬਹੁਤ ਬਹੁਤ ਸਨਮਾਨ, ਸਾਰੇ ਨੱਚ ਕੇ ਇੰਜੋਏ ਵੀ ਕਰਕੇ ਗਏ, ਲੜਕੇ ਦੀਆਂ ਭੂਆ ਵੀ ਬਹੁਤ ਨੱਚ ਕੇ ਇੰਜੋਏ ਕਰਕੇ ਗਈਆਂ, ਦਾਦਾ ਦਾਦੀ ਸਾਰਾ ਨਾਨਕੀ ਦਾਸ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਸੋ ਤੁਹਾਡੀ ਸੇਵਾ ਪੇਸ਼ ਕਰਨ ਲੱਗੇ ਹਾਂ, ਹਰ ਭੈਣ ਨੱਚ ਰਾਜ ਸੋਹਣਾ ਬੱਲੇ ਜਦੋਂ ਪੱਗ ਲਾਵੇ।